ਲੋ ਭਾਜੀ ਲਿਆਓ ਮੈਂ ਸਮਾਨ ਨਹੀਂ ਚੁਕਾਉਣਾ ਤੁਹਾਡੇ ਬੈਗ ਲਾ ਲਿਆ ਨਹੀਂ ਨਹੀਂ ਭਾਜੀ ਲਿਆਓ ਮੈਂ ਛੱਡ ਕੇ ਆ ਦੇਖੋ ਮੈਂ ਪੱਕਿਆਂ ਜਾਂ ਮੈਂ ਇਸ ਕਰਕੇ ਕਹਿੰਦਾ ਵਾਂ ਵੀ ਕੀ ਗੱਲ ਡੋਲੇ ਬੰਨੇ ਉਲਟੀਆਂ ਆਉਂਦੀਆਂ ਤੈਨੂੰ ਇਹ ਕੀ ਪੱਕਿਆਂ 'ਚ ਮਤਲਬ ਮੈਨੂੰ ਕੀ ਵਹਾ ਰਿਹਾ ਮੈਂ ਤਾਂ ਡੰਡ ਵਹਾ ਰਿਹਾ ਰੇਲਵੇ ਦਾ ਵਜ਼ੀਰ ਕੌਣ ਆ ਭਾਜੀ ਪਤਾ ਨਹੀਂ ਸਾਡੀ ਤਾਂ ਇੱਥੇ ਸਮਾਨ ਚੌਕ ਚੌਕ ਮੱਤ ਵੱਜੀ ਆ ਸਾਨੂੰ ਪਤਾ ਨਹੀਂ ਕੌਣ ਦਾ ਕੁੱਲੀ ਆ ਯਾਰ ਤੂੰ ਰੇਲਵੇ 'ਚ ਕੰਮ ਕਰਦਾ ਤੈਨੂੰ ਪਤਾ ਹੀ ਨਹੀਂ ਯਾਰ ਮੈਂ ਅਸੈਂਬਲੀ ਔਰ ਵਜ਼ਨ ਚੁੱਕਦਾ ਵਾਂ ਅਸਲਾਮ ਅਲੈਕੁਮ ਗਾਇਸ ਮੈਂ ਤੁਹਾਡਾ ਸਲੀਮ ਅਲਬੇਲਾ ਤੇ ਮੈਂ ਆਵਾਂ ਜੀ ਗੋਗਾ ਪਸਰੂਰੀ ਤੇ ਅੱਜ ਚਿਲਤਨ ਪਿਓਰ ਦਾ ਕੀ ਹੈ ਜੀ ਗੋਗਾ ਜੀ ਅੱਜ ਮੇਰੇ ਕੋਲ ਚਿਲਤਨ ਪਿਓਰ ਦਾ ਜੀ ਇਹ ਜੀ ਸਮਰ ਗਲੋ ਲੋਸ਼ਨ ਸਮਰ ਗਲੋ ਯਾਨੀ ਕਿ ਅੱਜ ਕੱਲ ਜੋ ਸਮਰ ਚੱਲ ਰਿਹਾ ਹੈ ਆ ਸਮਰ ਸੀਜ਼ਨ ਆ ਸਿਆਣੇ ਕਹਿੰਦੇ ਨਾ ਸਮਰ ਦਾ ਫਲ ਮਿੱਠਾ ਹੁੰਦਾ ਹਾਂਜੀ ਹਾਂਜੀ ਉਹ ਕਹਿੰਦੇ ਸਮਰ ਦੀਆਂ ਛੁੱਟੀਆਂ ਹੋ ਗਈਆਂ ਆ ਹਾਂ 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 ਇਹ ਉਹੀ ਆ 2 ਮਿੰਟ ਸਮਰ ਕਰ ਆ ਸਮਰ ਗਲੋ ਆ ਜੀ ਬਾਹਰ ਰੋਸ਼ਨੀ ਆ ਤੇ ਤੇਜ਼ ਧੁੱਪ ਆ ਉਹਦੇ 'ਚ ਤੁਸੀਂ ਲਾ ਕੇ ਬਾਹਰ ਨਿਕਲੋ ਤੇ ਤੁਹਾਡਾ ਫੇਸ ਇੰਜ ਦਾ ਨਹੀਂ ਰਹੇਗਾ ਚਲੀਏ ਹੁਣ ਆ ਚੱਲੀਏ ਜੀ ਲਓ ਜੀ ਧੁੱਪੇ ਹੀ ਚੱਲੀਏ ਅੱਜ ਆਓ ਜੀ ਆਓ ਮੇਰੇ ਅੱਖ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜ ਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਅੱਲਾ ਰੱਖਾ ਅੱਲਾ ਰੱਖਾ ਅੱਲਾ ਰੱਖਾ ਅੱਲਾ ਰੱਖਾ ਸਾਰੀ ਦੁਨੀਆ ਕਾ ਬੋਝ ਹਮ ਉਠਾਤੇ ਹੈ ਸਾਰੀ ਦੁਨੀਆ ਕਾ ਬੋਝ ਹਮ ਉਠਾਤੇ ਹੈ ਉਠਾਤੇ ਹੈ ਬੋਝ ਉਠਾਤੇ ਹੈ ਸਾਰੀ ਦੁਨੀਆ ਕਾ ਬੋਝ ਹਮ ਉਠਾਤੇ ਹੈ ਲੋਕ ਆਤੇ ਹੈ ਲੋਕ ਜਾਤੇ ਹੈ ਹਮ ਯਹੀ ਪੇ ਖੜੇ ਰਹਿ ਜਾਤੇ ਸਾਰੀ ਦੁਨੀਆ ਕਾ ਬੋਝ ਹਮ ਉਠਾ ਲੋਕ ਆਤੇ ਹੈ ਲੋਕ ਜਾਤੇ ਹੈ ਸਾਰੀ ਦੁਨੀਆ ਕਾ ਬੋਝ ਹਮ ਉਠਾ ਸਾਰੀ ਦੁਨੀਆ ਕਾ ਬੋਝ ਹਮ ਉਠਾਤੇ ਹੈ ਲੋਕ ਆਤੇ ਹੈ ਲੋਕ ਜਾਤੇ ਹੈ ਹਮ ਯਹੀ ਪੇ ਖੜੇ ਰਹਿ ਜਾਤੇ ਸਾਰੀ ਦੁਨੀਆ ਕਾ ਬੋਝ ਹਮ ਉਠਾਤੇ ਹੈ ਲੋ ਭਾਜੀ ਲਿਆ ਮੈਂ ਸਮਾਨ ਨਹੀਂ ਚੁਕਾਉਣਾ ਤੁਹਾਡੇ ਬੈਗ ਲਾ ਲਿਆ ਨਹੀਂ ਨਹੀਂ ਭਾਜੀ ਲਿਆਓ ਮੈਂ ਛੱਡ ਕੇ ਇਹਦਾ ਵੀਰੇ ਮੈਂ ਕੀ ਚੁਕਾਉਣਾ ਜਾਇਜ਼ ਮੁਨਾਸਬ ਪੈਸੇ ਦੇ ਦਿਓ ਭਾਜੀ ਇਹ ਕਿਹੜਾ ਦੋ ਦੋ ਮਣ ਦੇ ਆ ਮੈਂ ਚੁੱਕ ਲਾਂਗਾ ਯਾਰ ਨਹੀਂ ਭਾਜੀ ਇੰਨੇ ਸੋਹਣੇ ਲੱਗ ਰਹੇ ਹੋ ਵੱਡੇ ਘਰਾਨੇ ਦੇ ਕਿਤੇ ਅਮੀਰ ਘਰਾਨੇ ਦੇ ਤੇ ਲੋਕੀ ਦੇ ਦਿੰਦੇ ਆ ਵੀ ਆ ਚੁੱਕ ਲਓ ਤੁਸੀਂ ਉਹ ਥੋੜਾ ਸਮਾਨ ਆ ਭਾਈ ਮੈਂ ਮਤਲਬ ਆਪ ਹੀ ਚੁੱਕਿਆ ਵਾ ਚਲੋ ਥੋੜਾ ਸਮਾਨ ਆ ਤੇ ਤੁਸੀਂ ਆਪ ਕਿਹੜਾ ਜਾ ਰਹੇ ਹੋ ਵੀ ਇੰਨਾ ਵੀ ਮੁਸ਼ਕਲ ਹੀ ਆ ਤੁਹਾਡੇ ਲਈ ਬੜਾ ਖੱਲੀਆਂ ਪੈ ਚੱਲੀਆਂ ਤੇ ਆਓ ਭਾਜੀ ਮੈਂ ਜਾਇਜ਼ ਮੁਨਾਸਬ ਪੈਸੇ ਦੇ ਦਿਓ ਕੋਈ ਮਸਲਾ ਨਹੀਂ ਕਿੰਨੇ ਪੈਸੇ ਮੁਕਾ ਲਾ ਨਾ ਹਾਂਜੀ ਮੁਕਾ ਲਓ ਪੈਸੇ ਕਿੰਨੇ ਮੁਕਾ ਲੈਨੇ ਆ ਅੱਲਾ ਰੱਖਾ ਉਹ ਸਮਾਨ ਥੋੜਾ ਜਿਹਾ ਅੱਲੇ ਰੱਖੇ ਨੂੰ ਕੀ ਕਰਨਾ ਇਕੱਲੇ ਨੇ ਤੂੰ ਚੁੱਕ ਲੈਣਾ ਯਾਰ ਉਹ ਮੇਰੇ ਪਰਿੰਦੇ ਦਾ ਨਾਮ ਆਵਾਜ਼ ਦਾ ਉਹ ਤੇ ਕੁਲੀ ਫਿਲਮ 'ਚ ਸੀਗਾ ਤੂੰ ਉਹ ਕਰ ਰਿਹਾ ਮੈਂ ਤੈਨੂੰ ਸਟੈਨੋ ਨਜ਼ਰ ਆਉਣ ਡਿਆ ਮੈਂ ਕੁਲੀ ਆ ਮੈਂ ਉਹ ਅਮਿਤਾ ਬਚਨ ਸੀ ਤੂੰ ਤੇ ਬਦਨੀਤਾ ਬਚਨ ਹੈ ਨਹੀਂ ਭਾਈ ਉਹ ਫਿਰ ਤੁਹਾਨੂੰ ਪਤਾ ਵੀ ਵੱਡੇ ਲੋਕ ਆ ਮੈਂ ਜਰਾ ਉਹਨਾਂ ਦੀ ਕਾਪੀ ਕਰ ਰਿਹਾ ਉਹਨਾਂ ਸ਼ੌਕ ਪੂਰਾ ਕਰ ਰਹੇ ਆ ਸ਼ੁਰੂ ਤੋਂ ਹੀ ਕੁਲੀ ਤੇ ਭਾਈ ਆ ਦੱਸੋ ਇਹਦੇ 'ਚ ਕੀ ਆ ਜੀ ਹੈ ਇਹਦੇ 'ਚ ਕੀ ਆ ਕਿਉਂ ਜੀ ਤੁਸੀਂ ਨਹੀਂ ਨਹੀਂ ਉਹ ਹਿਸਾਬ ਉਸ ਹਿਸਾਬ ਨਾਲ ਪੈਸੇ ਫਿਰ ਲੈਣੇ ਆ ਨਾ ਇਹ 'ਚ ਸਮਾਨ ਹੀ ਆ ਸਮਾਨ ਕੀ ਆ ਹਾਂਜੀ ਜਿਹੜਾ ਮੁਸਾਫਰ ਕੋ ਹੁੰਦਾ ਯਾਰ ਹੋਰ ਸਮਾਨ ਇਹਦੇ 'ਚ ਕੀ ਆ ਮੈਂ ਕੀ ਦੱਸਾਂ ਤੈਨੂੰ ਪ੍ਰਾਈਵੇਸੀ ਵੀ ਹੋ ਸਕਦੀ ਹੈ ਲੇਡੀਜ਼ ਕੱਪੜੇ ਭਾਜੀ ਲੇਡੀਜ਼ ਕੱਪੜੇ ਹਾਂਜੀ ਕਿਹੜੇ ਆ ਐਮਬਰਾਇਡਰੀ ਵਾਲੇ ਆ ਕਿ ਬਗੈਰ ਐਮਬਰਾਇਡਰੀ ਤੋਂ ਨਹੀਂ ਉਹ ਐਮਬਰਾਇਡਰੀ ਵਾਲੇ ਸਾੜੀ ਸੂੜੀ ਤੇ ਨਹੀਂ ਵਿੱਚ ਕੋਈ ਇੱਕ ਸਾੜੀ ਵੀ ਆ ਬਸ ਫਿਰ ਇਹਦਾ ਤੇ 300 ਲੱਗਣਾ ਤੂੰ ਸਾੜੀ ਪਾ ਕੇ ਗਾਣਾ ਕਰਨਾ ਪਿਆਰ ਕਾ ਤੋਹਫਾ ਮੇਰਾ ਇੱਕ ਮਿੰਟ ਮੇਰਾ ਫੋਨ ਆ ਗਿਆ
मैं पहुंच गया स्टेशन ते, बंदा एक बह गया मेरे मगर। चलो छेती करो भाजी, दसो। चलो दसो भाजी, साड़ी या एक साड़ी एक आहो, और की है? और बस एक दो दुपट्टे होणगे। एक दुपट्टा? हां, तीन तीन चार चाहिए है। यार घरों फोन आई जांदा वीरे, मैं तैनूं ये कह रहा वा जी भाई। हेलो, नहीं नहीं चाह नहीं अजे बनानी है, मैं आ रहा। दो कप बनायो, दो कप, दो कप जे तू मामा सोहरा मेरा, दो कप आओ भाई। आओ भाई, दसो ये की है, फिर उस हिसाब ना पैसे मुकिए। यार ये की होता है, ये तो कभी किसी कुली ने पूछे नहीं भी ये की है। भाई गल तो यह है ना, तुसी पैसे मुकाओ किन्ने आ, तुसी ये दसो भी ये है की है। वहम कर समान ना इधर उधर ले जाने, कितने नहीं तुहाडा समान महफूज जाऊगा जिथे उधर कल ही ले जाना। यार तू अल्लाह ने तेन खुदा का खौफ नहीं दिता, तू कल किसी का समान चोरी करना? नहीं नहीं ये है की है, मैंनू लिस्ट दवो ना भी। मैं लिस्ट दवा, मैं दुबई आया तेन लिस्ट दवा भी। ए चार परफ्यूम आ, है दो मोबाइल आ, एक मेरे वे भरा घड़ी आ। नहीं भाई, मैं उस हिसाब ना ना समान चुक दा। पैसे मका दस किन्ने लेने भाई? यार एदे विच ता दस, मैं विच वड़ के वेख ला फिर की है, मैं नहीं दसना। एदे विच भाई की है, एक साड़ी आ, आहो एक दुपट्टा वा। हाँ जी, तू रंग करना और की है, और कढ़ाई वाला एक सूट भी है। चलो एदे च की है, हैं एदे च की है? एदे च तलाक आ मेरी फुफी दी लैनी है। यार एदे च भी समान ही आ। आओ भाजी तुसी पैसे दसो, ਤੁਹਾਡੀ ਮਿਹਰਬਾਨੀ। ਨਹੀਂ ਨਹੀਂ ਭਾਈ ਦੱਸੋ ਵੀ ਇਹਦੇ 'ਚ ਕੀ ਆ? ਇਹ 'ਚ ਬਿੱਦ ਆ ਭਾਜੀ, ਬਿੱਦ ਖੁੱਸਾ ਵਾ, ਸਾੜੀਆਂ ਸੂੜੀਆਂ ਵਾ, ਇਹਦੇ 'ਚ ਹੋਰ ਕੀ ਆ? ਉਹ ਯਾਰ ਖੁੱਸੇ ਨਾਲ ਸਾੜੀ ਕੌਣ ਲਾਉਂਦਾ, ਤੂੰ ਤਾਂ ਸਮਾਨ ਹੀ ਗਲਤ ਰੱਖਿਆ, ਮੈਂ ਚੁੱਕਾ ਕਿੱਦਾਂ? ਉਹ ਭਾਈ ਲਹਿਦਾ ਲਹਿਦਾ ਹੁੰਦਾ ਵਾ, ਉੱਥੇ ਜਾ ਕੇ ਲਹਿਦਾ ਲਹਿਦਾ ਕਰ ਲਾਂਗੇ ਅਸੀਂ। ਇਹਦੇ 'ਚ ਬਿੱਦ ਦਾ ਸਮਾਨ? ਯਾਰ ਮੈਂ ਜੰਜ ਤੁਹਾਡੇ ਵੱਲ ਲੈ ਕੇ ਜਾਣੀ, ਤੂੰ ਕਦੇ ਇੰਨਾ ਪੁੱਛ ਨਹੀਂ ਲਿਆ। ਨਹੀਂ ਉਹ ਬਿੱਦ ਭਾਜੀ, ਫਿਰ ਮੈਂ ਸਮਾਨ ਚੁੱਕ ਤੇ ਲੈਣਾ ਵਾ, ਲੇਕਿਨ ਉਹ ਕਈ ਮਾੜੀ ਬਿੱਦ ਬਣਾਉਂਦੇ ਆ, ਰੁਪਏ ਰੁਪਏ ਵਾਲੀ ਟਾਫੀ ਵੀ ਵਿੱਚ ਪਾ ਦਿੰਦੇ ਆ। ਤੈਨੂੰ ਕੀ ਯਾਰ, ਭਾਵੇਂ ਨਾ ਪਾਉਣ, ਤੈਨੂੰ ਕੀ ਤਕਲੀਫ ਇਸ ਕੰਮ ਨਾਲ? ਨਹੀਂ ਤੂੰ ਵਜ਼ਨ ਚੁੱਕਣਾ ਯਾਰ। ਉਹ ਐਵੇਂ ਪਾਨ ਮਸਾਲਾ ਬਣਾ ਕੇ ਬਿੱਦ ਬਣਾ ਦਿੰਦੇ ਆ, ਤੇ ਜਾਂ ਤੇ ਕੋਈ ਬਦਾਮ ਪਿਸਤਾ ਹੋਣ ਨਾਲ ਤੇ ਮੈਂ ਚੁੱਕ ਵੀ ਲਵਾਂ। ਭਾਈ ਜਦੋਂ ਤੂੰ ਕੋਈ ਵਿਆਹ ਕਰੇਗਾ ਨਾ, ਤੂੰ ਪਹਿਲੇ ਮੁਕਾਲੇ ਵੀ ਇਹ ਮੈਂ ਨਹੀਂ ਲੈਣੀ, ਇਹ ਤਾਂ ਸਾਡਾ ਆਪਣਾ ਸਿਸਟਮ ਹੈਗਾ। ਤੂੰ ਪੈਸੇ ਮੁਕਾ, ਪੈਸੇ ਬਿੱਦ ਦਾ ਸਮਾਨ ਆ ਇਹਦੇ 'ਚ, ਆਹੋ ਖੁੱਸਾ ਵੀ ਆ ਇੱਕ। ਕਿੰਨੇ ਨੰਬਰ ਆ ਤੈਨੂੰ, ਕਿੰਨੇ ਨੰਬਰ ਆਉਂਦਾ ਤੂੰ ਤੂੰ ਸਿਰ 'ਚ ਖਾਣਾ ਯਾਰ। ਨਹੀਂ ਭਾਈ ਪਤਾ ਕੀ ਆ, ਅਕਸਰ ਹੁੰਦਾ ਇਹ ਆ ਵੀ ਜਦੋਂ ਸਮਾਨ ਅਸੀਂ ਲੈ ਜਾਂਦੇ ਹਾਂ। ਵਾਰੀ ਸਫ਼ਰ ਕੀਤਾ ਵਾ, ਕੋਈ ਕੁੱਲੀ ਇਹ ਪੁੱਛਦਾ ਨਹੀਂ। ਮੇਰਾ ਖਿਆਲ ਤੇਰੀ ਨਵੀਂ ਨਵੀਂ ਭਰਤੀ ਹੋਈ ਆ ਭਾਜੀ, ਸਮਾਨ ਆਤਨ ਸਾਰੀਆਂ ਚੀਜ਼ਾਂ ਪੁੱਛ ਰਿਹਾ। ਸਮਾਨ ਦੀ ਇਹ ਹੁੰਦੀ ਆ ਸਾਡੀ ਸਾਡੀ ਜ਼ਿੰਮੇਵਾਰੀ ਆ ਵੀ ਅਸੀਂ ਇੱਕ ਇੱਕ ਚੀਜ਼ ਤੁਹਾਨੂੰ ਨਾ ਆਪਣੇ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਣਾ ਸਾਡਾ ਕੰਮ ਆ। ਨਹੀਂ ਤੇ ਇਹ ਵੀ ਤੇਰੀ ਨਾ ਤੇਰੀ ਜ਼ਿੰਮੇਵਾਰੀ ਅਗਲੇ ਨੂੰ ਪੁੱਛਣਾ ਜੀ ਇਹਦੇ 'ਚ ਕੀ ਆ, ਇਹਦੇ 'ਚ ਕੀ ਆ? ਕੋ ਜੂਸ ਹੈਗਾ ਵਿੱਚ ਪਿਆ ਮੇਰਾ ਨਾ, ਦਿਲ ਜਿਹਾ ਘਬਰਾਉਣ ਡਿਆ, ਗਰਮੀ ਬੜੀ ਆ। ਮਾਰ ਅੱਲਾਹ ਰੱਖੇ ਨੂੰ ਆਵਾਜ਼ ਲਿਆ ਦਿੰਦਾ ਹੁਣੇ ਤੈਨੂੰ ਉੱਥੇ ਕਿਤੇ ਤੇਰਾ ਅੱਲਾ ਰੱਖਾ। ਇਹ ਵੱਡਾ ਮੁੰਡਾ ਤੇਰਾ, ਇਦਾਂ ਦੇ ਨਾਂ ਹੁੰਦੇ ਤੁਹਾਡੇ? ਅੱਲਾ ਰੱਖਾ, ਪੀਰਾਂ ਦਿੱਤਾ, ਅੱਲਾ ਵਸਾਇਆ, ਇਦਾਂ ਦੇ ਹੁੰਦੇ ਹਨਾ? ਤੇ ਉਹ ਪੈਸੇ ਮੁਕਾ ਯਾਰ। ਭਾਈ ਭਾਈ ਮੈਂ ਇੱਕ ਮਿੰਟ ਦੇਖ, ਖੋਲੀ ਦਾ ਨਹੀਂ ਸਮਾਨ ਕਿਸੇ ਮੁਸਾਫਰ ਦਾ। ਨਹੀਂ ਮੈਂ ਦੇ ਦੇ ਐਂ ਜਿਵੇਂ ਘਰ ਆ ਹੀ ਗਿਆ, ਤੂੰ ਖੋਲਣ ਲੱਗ ਪਿਆ। ਕੀ ਹੈ ਹੋਰ ਕੀ ਹੈ ਇਹਦੇ 'ਚ? ਹੋਰ ਪਿਸਟਲ ਆ, ਗੋਲੀ ਖਾਣੀ ਤੂੰ? ਤੈਨੂੰ ਕਿਹਾ ਯਾਰ ਬਿੱਦ ਦਾ ਸਮਾਨ ਆ, ਵਿੱਚ ਖੁੱਸਾ ਵਾ, ਹੋਰ ਚੀਜ਼ਾਂ ਨੇ। ਖੁੱਸਾ ਤਿੱਲੇ ਵਾਲਾ ਵਾ ਕਿ ਬਗੈਰ? ਮੈਨੂੰ ਲੱਗਦਾ ਮੈਨੂੰ ਅੱਜ ਰਾਤ ਤੇਰੇ ਵੱਲ ਹੀ ਰਹਿਣਾ ਪੈਣਾ। ਓ ਹੈਲੋ, ਤੂੰ ਲੇਟ ਕਰੀ ਜਾਂਦਾ, ਮੈਂ ਘਰ ਪਹੁੰਚਣਾ ਯਾਰ। ਯਾਰ ਤੂੰ ਸਮਾਨ ਚੁਕਾਉਣਾ ਨਾ, ਆਹੋ ਤੇ ਤੂੰ ਤਫਸੀਲ ਦੇ ਮੈਨੂੰ ਪਹਿਲਾਂ ਉਹਦੀ। ਤੂੰ ਪੈਸੇ ਮੁਕਾ ਪਹਿਲੇ, ਤਫਸੀਲ ਤੈਨੂੰ ਦਵਾਂ ਮੈਂ। ਮੈਂ ਵੀ ਪੈਸੇ ਮੁਕਾ ਲਾ, ਲਿਸਟ ਲਈ ਫਿਰਦਾ। ਦੱਸੋ ਕਿੰਨੇ ਪੈਸੇ? ਪੈਸੇ ਭਾਈ ਇਹਦਾ 350 ਰੁਪਈਆ ਹੋਣਾ। ਖੁੱਸਾ ਵੇਚੀ ਆ ਨਾ? ਨਹੀਂ, ਖੁੱਸਾ ਦੇ ਪਿੱਛੋਂ ਛੱਡਵਾਂ ਵੱਜਣਾ ਤੈਨੂੰ। ਖੁੱਸਾ ਵੇਚੀ ਆ, ਹੋਰ ਮੈਂ ਹੱਥ 'ਚ ਫੜਿਆ। ਹੋਰ ਕਿੰਨੇ? 350। ਹੋਰ ਕੀ ਇਸ ਤੋਂ ਇਲਾਵਾ? ਇਸ ਤੋਂ ਇਲਾਵਾ ਮੇਰੀ ਨਾਨੀ ਦਾ ਬੀੜ ਆ ਵਿੱਚ, ਲੈ ਜਾ ਜੇ ਉਹਨੂੰ ਪੂਰਾ ਹੁੰਦਾ। ਯਾਰ ਇਹ ਸਮਾਨ ਤੂੰ ਕਿੰਨੇ ਪੈਸੇ ਮੰਗੇ ਨੇ? 350। ਘੱਟ ਵੱਧ ਤਾਂ ਨਹੀਂ ਹੋਣਾ? ਨਹੀਂ ਭਾਜੀ, ਸਮਾਨ ਦੇ ਹਿਸਾਬ ਨਾਲ ਤੁਹਾਨੂੰ ਪਤਾ ਐਡਾ ਕੀਮਤੀ ਸਮਾਨ ਆ। ਚਲੋ 350 ਲੈ ਲੈਣਾ, ਚੁੱਕੋ। ਹਾਂਜੀ ਆ ਚੁੱਕੋ, ਆਓ ਮੇਰੇ ਮਗਰ। ਕੀ ਆ ਚੁੱਕੋ? ਹਾਂ ਤੇ ਹੋਰ ਕੀ ਚੁੱਕੋ? ਤੇ ਤੁਹਾਡੇ ਕੋਲ ਤੇ ਆਹ ਦੋ ਬੈਗ ਸੀ ਸਿਰਫ, ਤੇ ਆਹ ਆਹ ਵੀ ਤੇ ਮੇਰਾ ਹੀ ਹੈ।
ਆ ਵੀ ਤੁਹਾਡਾ ਹੀ ਆ। ਹਾਂਜੀ ਪਹਿਲਾਂ ਬਕਵਾਸ ਨਹੀਂ ਕੀਤੀ ਵੀ ਇਹ ਵੀ ਤੁਹਾਡਾ। ਪਹਿਲੇ ਬਿੱਦ ਇਹਦੇ 'ਚ ਹੀ ਆ, ਇਹਦੇ 'ਚ ਕਿਸੇ ਨੇ ਬਿੱਦ ਪਾਈ ਹੁੰਦੀ ਆ। ਚੱਲ ਚੁੱਕ ਮੇਰਾ ਭਰਾ, ਹੁਣ ਬੁਲਾ ਅੱਲਾ ਰੱਖੇ ਨੂੰ ਬੁਲਾ। ਨਹੀਂ ਭਾਜੀ ਇਹ ਤਾਂ ਵਾਰੇ 'ਚ ਨਹੀਂ ਹੈਗਾ। ਉਹ ਨਹੀਂ ਉਹ ਨਹੀਂ ਭਾਈ ਵਾਰੇ 'ਚ ਨਹੀਂ, ਗੱਲ ਮੁੱਕੀ ਹੋਣਾ। ਨਹੀਂ 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 ਭਾਈ ਇਹ ਤਾਂ ਪਤਾ ਨਹੀਂ ਬਹੁਤ ਜ਼ਿਆਦਾ ਦੋ ਬੰਦਿਆਂ ਦਾ ਕੰਮ ਹੈ। ਤੇ ਫਿਰ ਪਹਿਲੇ ਮਰਦਾ ਤੂੰ ਵੇਖ ਤੇ ਲੈਂਦਾ। ਨਹੀਂ ਮੈਂ ਤੁਸੀਂ ਤਾਂ ਦਿਖਾਏ ਦੋ ਬੈਗ ਆ, ਮੈਨੂੰ ਤਾਂ ਪਤਾ ਹੀ ਨਹੀਂ ਤੁਸੀਂ ਆ ਵੀ ਤੁਹਾਡਾ। ਹੁਣ 350 ਕਿਹਾ ਨਾ, ਤੂੰ ਹੋਰ ਬੰਦਾ ਮੰਗਾ ਲਾ, ਅੱਧੇ ਅੱਧੇ ਕਰ ਲਈ। ਉਹ ਗੱਡੀ ਚੱਲੀ ਆ, ਚੱਲ ਮੇਰਾ ਭਰਾ ਦੇ। ਇੱਕ ਮਿੰਟ ਭਾਈ ਮੈਂ ਇੱਕ ਮਿੰਟ ਜ਼ਰਾ ਗੱਡੀ ਚੈੱਕ ਕਰ। ਉਹ ਗੱਡੀ ਨਹੀਂ ਭਾਈ ਇੱਧਰ, ਉਹ ਤਾਂ ਚੱਲੀ ਆ, ਕਿਹੜਾ ਆਈ ਆ। ਉਹ ਜਾਣਦੇ ਜਿੱਧਰ ਚੱਲੀ ਤੂੰ ਸਮਾਨ ਚੁੱਕ। ਨਹੀਂ ਸਮਾਨ ਭਾਈ ਇਹ ਬਹੁਤ ਜ਼ਿਆਦਾ ਵਾ। ਤੇ ਪਹਿਲੇ ਤੂੰ ਮੇਰਾ ਕਹਿੰਦੇ ਇੰਨਾ ਟਾਈਮ ਜ਼ਾਇਆ ਕੀਤਾ। ਕਾਹਦਾ ਟਾਈਮ ਜ਼ਾਇਆ ਕੀਤਾ ਤਾਂ? ਤੂੰ ਕਹਿ ਨਹੀਂ ਦਿਆ ਜੀ 350 ਦੇ ਦੀ। ਚੁੱਕੋ ਹੁਣ, ਚੁੱਕਦਾ ਨਹੀਂ ਪਿਆ ਭਾਈ। ਇਹ ਇੰਨੇ ਜੋਗਾ ਨਹੀਂ ਮੈਂ ਹੈਗਾ, ਮੈਂ ਤਾਂ ਬੈਗ। ਇੰਨੇ ਜੋਗਾ ਨਹੀਂ ਤੇ ਘਰ ਹੀ ਰਹਿਣਾ ਸੀ, ਤੂੰ ਇੰਨੇ ਜੋਗਾ ਨਹੀਂ। ਯਾਰ ਮੈਂ ਬਿਮਾਰ ਰਿਹਾ। ਤੂੰ ਕਿੰਨੇ ਜੋਗਾ? ਕੀ ਨਾਮ ਹੈ ਤੇਰਾ? ਮੇਰਾ ਨਾਮ ਗੋਗਾ। ਗੋਗਾ ਜੋਗਾ ਹੀ ਆ ਤੂੰ ਬਸ। ਜਾਂ ਤੂੰ ਮੁਕਾਇਆ 350 ਮੇਰੇ ਨਾਲ ਤੇ ਚੁੱਕ ਹੁਣ, ਇੱਕ ਹੋਰ ਮੰਗਾ ਲਾ, ਅੱਧੇ ਅੱਧੇ ਕਰ ਲੈਣਾ ਭਾਈ। 350 ਮੁੱਕਿਆ ਨਾ ਤੁਹਾਡੇ ਨਾਲ। ਆ ਬੈਗ ਮੈਨੂੰ ਫੜਾਓ, ਆ ਤੁਸੀਂ ਚੁੱਕ ਲਓ। ਓ ਬਾ ਬਹੁਤ ਅੱਛੇ ਕੁੱਲੀ ਤੂੰ ਆ ਕਿ ਮੈਂ ਯਾਰ? ਚੱਲ ਆ ਤੂੰ ਵੀ ਕਿੱਟ ਪਾ ਲਾ, ਤੈਨੂੰ ਲੈ ਦਿੰਦੇ ਇੱਕ। ਚੱਲ ਆ ਫੜ, ਇਹ ਮੈਂ ਪਹਿਲੇ ਹੀ ਕਰਾ ਲਿਆ ਸੀ ਬੁੱਕ। ਆ ਜਾ ਤੁਰ ਅੱਗੇ, ਇਹ ਹੈ ਸਿਰ ਤੇ ਰੱਖਣ ਵਾਲਾ। ਚਲੋ ਭਾਜੀ। ਹੈਲੋ ਹੈਲੋ, ਉਹ ਭਾਈ ਕਾਲਿਆ। ਹੈਲੋ, ਹਾਂਜੀ, ਹੌਲੀ ਤੁਰ। ਆ ਜਾਓ ਭਾਜੀ ਆ ਜਾਓ, ਸੜਕੋਂ ਹੌਲੀ ਨਹੀਂ ਤੁਰਿਆ ਜਾਂਦਾ। ਯਾਰ ਮੈਂ ਤੈਨੂੰ ਇੱਕ ਵਾਰੀ ਜੀ ਕਹਿਣ ਦਿਆ, ਤੂੰ ਹੌਲੀ ਤੁਰ, ਤੈਨੂੰ ਕੀ ਆ, ਕਾਲੀ ਜਨਾਜ਼ਾ ਵਾ, ਜਮਾਤ ਹੋ ਜਾਣੀ ਜਾ ਕੇ। ਨਹੀਂ ਤੇ ਤੈਨੂੰ ਕੀ, ਪੈਰ ਤੇ ਸੱਟ ਲੱਗੀ ਤੇਰੇ? ਵੀ ਤੂੰ ਤੇ ਇੰਜ ਤੇਜ਼ ਭੱਜਣ ਦਿਆ ਵੀ ਜਾ ਕੇ ਮਾਮੇ ਦਾ ਮੂੰਹ ਵੇਖਣਾ, ਕਿਤੇ ਦਫਨਾ ਨਾ ਦੇਣ। ਤੈਨੂੰ ਤਾਂ ਹੌਲੀ ਤੁਰ। ਭਾਜੀ ਸੜਕੋਂ ਹੌਲੀ ਨਹੀਂ ਤੁਰਿਆ ਜਾਂਦਾ ਮੇਰੇ ਨਾਲ ਨਾਲ। ਭਾ ਅਸੀਂ ਕਿਹੜਾ ਇੱਕ ਟ੍ਰੇਨ ਵੇਖਣੀ ਆ, ਅਸੀਂ ਹੋਰ ਵੀ ਸਮਾਨ ਚੁੱਕਣਾ ਵਾ। ਮੈਂ ਰਕਸ਼ਾ ਨਹੀਂ ਕਰਾਉਣਾ, ਤੂੰ ਘਰ ਇੱਦਾਂ ਹੀ ਛੱਡ ਕੇ ਆਉਣਾ ਸਮਾਨ। ਯਾਰ ਤੂੰ ਕਿਉਂ ਹੱਥ ਤੇ ਬੋਲਦਾ ਬਾਰ ਬਾਰ, ਤੂੰ ਸਮਾਨ ਪਛਾਉਣਾ? ਮੈਂ ਵਜ਼ਨ ਚੁੱਕਿਆ ਵਾ ਮਿੰਟ ਮਿੰਟ ਬਾਅਦ। ਬੋਲਦਾ ਤੂੰ ਬੋਲਿੰਗ ਕਰਾਉਣ ਲੱਗਾ। ਹੈਲੋ ਉਹ ਭਾਈ, ਯਾਰ ਮੈਂ ਤੇਰੇ ਨਾਲ ਨਾਲ ਦੌੜਾਂ। ਯਾਰ ਤੈਨੂੰ ਕਾਹਦਾ ਫਿਕਰ ਆ ਸਮਾਨ ਦਾ? ਬੁੱਢੀ ਦਾ ਨਿਕਾਹ ਨਾ ਵਾ ਇਹਦੇ 'ਚ। ਸਮਾਨ ਦਾ ਫਿਕਰ ਹੀ ਹੁੰਦਾ ਪੈਸੇਂਜਰ ਨੂੰ ਆਪਣੇ ਸਮਾਨ ਦਾ? ਨਹੀਂ ਸਮਾਨ ਦਾ ਮੈਂ ਤੇਰੇ ਨਾਲ ਹੀ ਆ, ਤੂੰ ਅੰਨਾ ਦੇਖਣ ਤੇ ਦਿਆਂ ਵਾ। ਸਵਾਰੀ ਆਪਣੇ ਸਮਾਨ ਕੀ ਖੁਦ ਹਫਾਜ਼ਤ ਕਰੇ। ਹੈਲੋ ਲੈ ਯਾਰ ਇੱਥੇ ਮੈਂ ਖਲੋ ਹੀ ਜਾਣਾ, ਤੂੰ ਹੀ ਦੱਸ ਦੇ ਪਹਿਲਾਂ 2 ਮਿੰਟ ਨਾਲ, ਤੈਨੂੰ ਤਕਲੀਫ ਕੀ ਆ? ਨਹੀਂ ਤੂੰ ਇੰਨੀ ਛੇਤੀ ਕਿਉਂ ਭੱਜ ਰਿਹਾ? ਕੀ ਮਸਲਾ ਨਹੀਂ ਆ? ਮੈਂ ਅੱਗੇ ਹੋਰ ਟ੍ਰੇਨ ਆਉਣੀ ਆ, ਤੂੰ ਚੋਰੀ ਦਾ ਸਮਾਨ ਆ ਤੂੰ ਲੈ ਕੇ ਦੌੜ ਰਿਹਾ। ਯਾਰ ਤੂੰ ਤਾਂ ਮਿੰਟ ਮਿੰਟ ਬਾਅਦ ਪਿੱਛੋਂ ਆਵਾਜ਼ ਦੇਈ ਜਾਂਦਾ ਵਾ, ਜਾਣਾ ਨਹੀਂ ਉਹ ਬਾਹਰ, ਮੈਂ ਸਮਾਨ ਲੱਦ ਕੇ ਹੋਰ ਚੁੱਕਣਾ ਸੀ ਕੋਈ। ਬੰਦਿਆਂ ਨੂੰ ਤੁਰ, ਤੂੰ ਤੇ ਖੋਤੇ ਵਾਂਗੂ ਦੌੜ ਰਿਹਾ। ਹੈਲੋ ਮੈਂ ਛਣਕਣਾ ਖੜਕਾਇਆ ਵੀ ਦੌੜ ਪਿਆ ਤੂੰ? ਤੂੰ ਆਰਾਮ ਨਾਲ, ਮੇਰਾ ਭਰਾ ਵੀ ਪੂਛ ਨੂੰ ਪਟਾਕਾ ਬੰਨਦਾ ਤੇਰੀ ਨੂੰ, ਤੂੰ ਆਰਾਮ ਨਾਲ ਚੱਲ। ਮੈਨੂੰ ਅੱਗੇ ਅੱਗੇ ਜਾਂਦਾ ਜਿਹਦਾ ਸਮਾਨ ਆ, ਫਿਰ ਉਹੀ ਗੱਲ। ਹੈਲੋ ਯਾਰ ਤੂੰ ਮੇਰਾ ਖਾਵਾਂ ਦਾ ਮੇਰੇ ਅੱਗੇ ਅੱਗੇ ਭਾਈ ਦਾ? ਯਾਰ ਤੈਨੂੰ ਕਾਹਦੀ ਬੇਵਸਾਈ ਆ ਭਾਈ, ਮੈਂ ਪੱਕਿਆਂ 'ਚ ਆ ਵੇਖੋ, ਆਹ ਤੁਹਾਡਾ ਸਮਾਨ ਕਿਤੇ ਨਹੀਂ ਜਾਂਦਾ। ਮੇਰਾ ਬੈਜ ਨੰਬਰ ਪੜ੍ਹ ਲਓ, ਆਹ ਗੋਗੇ ਦਾ, ਜਿੱਥੋਂ ਮਰਜ਼ੀ ਪੁੱਛ ਲਓ ਰੇਲਵੇ ਸਟੇਸ਼ਨ ਤੋਂ। ਪੱਕਿਆਂ 'ਚ ਹੀ ਹੋਏਗਾ, 2 ਪੱਕੇ ਲਾਏ ਹੋਣੇ ਆ ਤੂੰ। ਹੈਲੋ, ਉਦੋਂ ਤੈਨੂੰ ਬਿਮਾਰੀ ਪਈ ਸੀ ਸਮਾਨ 'ਚ? ਹੈਲੋ ਉਹ ਯਾਰ ਤੂੰ ਹੈਲੋ ਹੈਲੋ ਕਰੀ ਨਾ, ਮੈਂ ਟੈਲੀਫੋਨ ਮਹਿਕਮੇ 'ਚ ਆ ਤੂੰ। ਮਿੰਟ ਬਾਅਦ ਹੈਲੋ ਹੈਲੋ, ਖਲੋ ਜਾ, ਸਬਰ ਕਰ ਲੈ, ਜਾਣ ਦੇ। ਏਡਾ ਵਜ਼ਨ ਹੈ ਨਹੀਂ ਜਿੰਨਾ ਤੂੰ ਕਰ ਰਿਹਾ। ਹੈਲੋ ਓਏ ਯਾਰ, ਹੈਲੋ ਭਾਈ, ਓਕੇ ਕੌਣ ਖਿੱਚਦਾ ਪਿੱਛੋਂ ਯਾਰ? ਮੇਰਾ ਭਰਾ ਹੌਲੀ ਤੁਰ, ਅੱਧੇ ਰਾਹ ਮੈਂ ਚੁੱਕ ਲਾਂਗਾ। ਮੈਨੂੰ ਪਤਾ ਬਹੁਤ ਵਜ਼ਨ ਆ ਤੇਰੀ, ਤੁਹਾਨੂੰ ਵਲ ਪੈ ਜਾਣਾ, ਇਹ ਬਹੁਤ ਵਜ਼ਨ ਆ। ਓ ਯਾਰ ਭਾਈ ਸਾਡਾ ਸਟਾਈਲ ਹੀ ਇੰਜ ਆ, ਅਸੀਂ ਇੰਜ ਹੀ ਕਰਦੇ ਆ। ਲੈ ਸਟਾਈਲ ਆ, ਚਲ ਆ ਜਾਓ ਆ ਜਾਓ। ਮੈਂ ਕੁੱਲੀ ਫਿਲਮ ਦੇਖੀ ਆ, ਉਹਦੇ 'ਚ ਇਦਾਂ ਨਹੀਂ ਦੌੜਦੇ। ਉਹ ਭਾਜੀ ਇੰਜ ਹੀ ਸਮਾਨ ਲੈ ਕੇ ਦੌੜੀਦਾ ਵਾ। ਅੱਲਾ ਰੱਖਾ ਕਿੱਥੇ ਤੇਰਾ? ਅੱਲਾ ਰੱਖਾ ਦਿਲ ਤੇ ਕਰਦਾ ਮੈਂ ਤੇਰੇ 2 ਰੱਖਾਂ। ਤੂੰ ਮੇਰਾ ਭਰਾ ਨਾ, ਬਹਿ ਜਾ ਇੱਥੇ, ਸਾਹ ਲੈ ਲਾ, ਪਾਣੀ ਪਿਆਉਂਦਾ ਮੈਂ ਤੈਨੂੰ। ਐ ਲੈ ਪਾਣੀ ਪੀ, ਆ ਮੁੰਡੇ ਦੇ ਕੋਲ ਹੈਗਾ, ਐ ਲੈ। ਹਾਂ ਇੱਕ ਮਿੰਟ ਜ਼ਰਾ ਰੱਖ ਆਪਣੇ ਸਿਰ। ਹੈਂ ਮੂੰਹ ਨਾ ਲਾ, ਮੂੰਹ ਨਾ ਲਾ, ਉੱਤੋਂ ਪੀ ਐਂ ਰੱਖ ਕੇ ਨਾ, ਉੱਤੋਂ। ਚੱਲ ਪੀ ਲਾ ਬਸ ਭਾਈ, ਲਿਆ ਹੋਰ। ਨਹੀਂ ਨਹੀਂ ਉਹ ਵੀ ਮੈਨੂੰ ਫੜਾ ਦੇ। ਕਿਉਂ ਫੜਾ ਦੇ? ਸਹੀ ਭਾਜੀ, 350 ਘੱਟ ਨਹੀਂ ਹੋਣਾ ਸਾਡੇ। ਓਏ ਹੈਲੋ, ਮੈਂ ਕੁੱਲੀ ਆ, ਤੂੰ ਫੜਾ। ਮੈਨੂੰ ਕੱਲ ਹੀ ਚਕਾਤਾ ਸਮਾਨ, ਮੈਨੂੰ ਤਾਂ ਲੱਗਦਾ ਮੈਂ ਕੁੱਲੀ ਆ। ਤੁਸੀਂ ਭਾਜੀ ਕਦੋਂ ਕਦੇ ਕੁੱਲੀ ਹੋ ਇੱਥੇ? ਮੈਨੂੰ ਭਾਈ 15 ਸਾਲ ਹੋ ਗਏ ਇੱਥੇ ਸਮਾਨ ਚੁੱਕਦੇ ਆ। ਹਾਂਜੀ
ਸ਼ਰਮ ਨਹੀਂ ਆਉਂਦੀ ਲੋਕਾਂ ਦਾ ਸਮਾਨ ਚੁੱਕਣਾ? ਓਏ ਹੈਲੋ, ਚੋਰੀ ਨਹੀਂ ਚੁੱਕਦਾ? ਹਾਂ ਨਹੀਂ, ਪੈਸੇ ਤੇ ਲੈਣਾ, ਉਹ ਤੇ ਮੈਨੂੰ ਪਤਾ ਹੈ। ਇੱਧਰ ਆ ਜਾਓ ਜੇ ਇੰਟਰਵਿਊ ਕਰਨਾ ਨਾ। ਨਹੀਂ ਇੰਟਰਵਿਊ ਨਹੀਂ, ਇੱਥੇ ਹੀ ਤੁਸੀਂ ਖਲੋ ਕੇ ਗੱਲ ਕਰੋ। ਯਾਰ ਵਜੇ ਨੇ ਇੰਨਾ ਚੁੱਕਿਆ, ਮੈਂ ਤਾਂ ਫੇਰ ਮੈਂ ਪੈਸੇ ਨਹੀਂ ਦੇਣੇ। ਉਹ ਪੈਸੇ ਨੇ ਮੇਰੀ ਧੌਣ ਤੜਾ ਕੇ ਪੈਸੇ ਦੇਣੇ ਤੂੰ। ਅੱਛਾ ਜੀ, ਪਾਕਿਸਤਾਨ ਰੇਲਵੇ ਬੜਾ ਖੂਬਸੂਰਤ ਸੀ ਹੈ, ਹੁਣ ਥੋੜਾ ਜਿਹਾ ਨਾ। ਨਹੀਂ ਨਹੀਂ ਲੱਗੇ ਆ, ਖਾ ਹੁਣ ਬਿਹਤਰੀ ਆਈ ਆ ਰੇਲਵੇ 'ਚ, ਤੇ ਅਫਸਰਾਂ ਵਾਸਤੇ ਬੜੀ ਅੱਛੀ ਸਹੂਲਤ ਆ। ਬਾਹਰ ਦੇ ਮੁਲਕ ਜੀ ਟ੍ਰੇਨਾਂ ਦੇਖਿਆ ਕਿੰਨੀਆਂ ਤੇਜ਼ ਜਾਂਦੀਆਂ। ਭਾਜੀ ਤੂੰ ਉਹਨਾਂ ਤੋਂ ਵੀ ਤੇਜ਼ ਜਾ ਰਿਹਾ। ਭਾਜੀ ਪਾਕਿਸਤਾਨ ਰੇਲਵੇ ਦਾ ਨਾ ਅੱਗੇ ਤੋਂ ਬੜਾ ਅੱਛਾ ਕੰਮ ਹੋ ਗਿਆ। ਖਲੋ ਕੇ ਗੱਲ ਤੇ ਸੁਣ। ਉਹ ਯਾਰ ਉੱਥੇ ਛਾਵੇਂ ਆ ਜਾ, ਤੂੰ ਮੈਨੂੰ ਮਾਰਨਾ ਵਾ 350 ਚ। ਹਾਂ ਹਾਂ ਛਾਵੇਂ ਆ ਜਾ, ਤੇਰੀ ਸਕਿਨ ਦਾ ਮਸਲਾ ਮੈਨੂੰ ਸਮਝ ਆ ਗਈ। ਤੇਰੀ ਸਕਿਨ ਤੇਰੀ ਨਾ ਧੁੱਪੇ ਤੜਕ ਜਾਂਦੀ ਆ। ਚੱਲ ਇੱਥੇ ਖਲੋ ਜਾ। ਤੇ ਪਹਿਲੇ ਵਾਲ ਸਾਹਿਬ ਵੀ ਇੱਥੇ ਸੀ ਕੰਮ ਕਰਦੇ? ਆ ਕੀ ਆ ਵਿੱਚੋਂ ਖੋਲ ਤੇ ਨਹੀਂ ਦਿੱਤਾ ਸਾਰਾ ਸਮਾਨ ਮੇਰਾ? ਪਿਆ ਭਾਜੀ ਕੀ ਨਿਕਲਣ ਡਿਆ ਤੁਹਾਡੇ ਸਮਾਨ ਚੋਂ? ਅਰੇ ਮੈਨੂੰ ਫਾਹ ਹੋਣ ਲੱਗਾ ਲੱਗਦਾ। 350 ਚ ਤਾਂ ਫਾਹ ਹੀ ਹੋਣਾ ਤੈਨੂੰ। ਵਾਲ ਤੁਹਾਡੇ ਸਾਰੇ ਮਹਿੰਦੀ ਹੱਸਣਾਰ ਗਏ ਆ ਨਾ, ਅਸਮਾਨ ਚੁੱਕ ਚੁੱਕ ਕੇ ਤੇ ਬੇੜਾ ਗਰਕ ਹੀ ਹੋ ਗਿਆ। ਬਸ ਭਾਜੀ ਬੱਚਿਆਂ ਵਾਸਤੇ ਮਜ਼ਦੂਰੀ ਕਰਨੀ ਪੈਂਦੀ ਆ। ਇੱਕ ਬੱਚਾ ਤੇਰਾ ਅੱਲਾ ਰੱਖਾ, ਉਹ ਵੀ ਟੇਸ਼ਨ ਤੇ ਹੀ ਹੁੰਦਾ, ਉਹ ਵੀ ਨਾਲ ਪਿਓ ਦੇ ਹੱਥ ਵੰਡਾਉਂਦਾ ਹੀ ਆ। ਕਿੱਧਰ ਗਿਆ ਅੱਲਾ ਰੱਖਾ ਤੇਰਾ? ਅੱਲਾ ਰੱਖਾ ਕਿਤੇ ਉਰੇ ਪਰੇ ਨਿਕਲ ਗਿਆ ਮੇਰੇ ਹੱਥੋਂ। ਯਾਰ ਉਹ ਤੇ ਇੱਕ ਆਵਾਜ਼ ਦਿੰਦਾ ਜੀ, ਤੂੰ ਆ ਜਾਂਦਾ, ਤੂੰ ਤੇ ਸਵੇਰ ਦਾ ਭੌਂਕੀ ਜਾਂਦਾ। ਭੌਂਕਣਾ ਨਹੀਂ ਕਹੀਦਾ ਹੁੰਦਾ ਭਾਈ, ਉਹ ਆ ਜਾਂਦਾ, ਹੁਣ ਗਿੱਜਿਆ ਵਾ ਨਾ, ਉਹਨੇ ਆਪ ਹੀ ਆ ਜਾਣਾ। ਚਲੋ ਇੱਧਰ ਆ ਜਾਓ ਜ਼ਰਾ। ਪਤਾ ਕੀ ਆ ਭਾਈ, ਤੁਸੀਂ ਕੋਈ ਸਹਾਫੀ ਹੋ ਜਾਂ ਕੋਈ ਮੀਡੀਆ ਵੱਲੋਂ ਆਏ ਹੋ? ਕਿਉਂ ਕੀ ਹੋਇਆ? ਇੰਟਰਵਿਊ ਹੀ ਲਈ ਜਾਂਦੇ ਹੋ ਤੇ ਤੁਹਾਡੇ ਤੋਂ ਪਹਿਲੇ ਤੁਹਾਡੇ ਵਾਲ ਸਾਹਿਬ ਵੀ ਇੱਥੇ ਰੇਲਵੇ 'ਚ ਸੀ? ਹਾਂਜੀ, ਮੇਰਾ ਅੱਬਾ ਜੀ ਵੀ, ਮੇਰਾ ਦਾਦਾ ਵੀ ਇੱਥੇ ਕੁੱਲੀ ਸੀ। ਕੁੱਲੀ ਸੀ? ਅੱਛਾ ਹੈ, ਮਿਹਨਤ 'ਚ ਕੋਈ ਮਿਹਣਾ ਨਹੀਂ ਹੈਗਾ, ਇਹ ਅੱਛੀ ਚੀਜ਼ ਆ, ਹਰ ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਆ। ਹਾਂਜੀ, ਰੇਲਵੇ ਦਾ ਵਜ਼ੀਰ ਕੌਣ ਆ ਭਾਜੀ? ਪਤਾ ਨਹੀਂ, ਸਾਡੀ ਤੇ ਇੱਥੇ ਸਮਾਨ ਚੌਕ ਚੌਕ ਮੱਤ ਵੱਜੀ ਆ, ਸਾਨੂੰ ਪਤਾ ਨਹੀਂ ਕੌਣ ਆ। ਕੁੱਲੀ ਆ ਯਾਰ, ਤੂੰ ਰੇਲਵੇ 'ਚ ਕੰਮ ਕਰਦਾ, ਤੈਨੂੰ ਪਤਾ ਹੀ ਨਹੀਂ? ਯਾਰ ਮੈਂ ਅਸੈਂਬਲੀਓਂ ਵਜ਼ਨ ਚੁੱਕਦਾ ਵਾਂ, ਇਹ ਬੰਦੇ ਨੂੰ ਮੈਨੂੰ ਕੀ ਪਤਾ ਕਿਹੜਾ ਰੇਲਵੇ ਦਾ। ਨਹੀਂ ਮਾਲੂਮਾਤ ਤੇ ਹੋਣੀ ਚਾਹੀਦੀ, ਤੇ ਦੁਨੀਆ ਗਲੋਬਲ ਹੋ ਗਈ ਆ, ਹਰ ਟਾਈਮ ਮੋਬਾਈਲ ਤੇਰੇ ਹੱਥ 'ਚ ਆ। ਯਾਰ ਤੈਨੂੰ ਇਹ ਹੀ ਨਹੀਂ ਪਤਾ? ਉਹ ਯਾਰ ਤੂੰ ਕੋਈ ਲੈ ਦੱਸ ਯਾਰ, ਤੂੰ ਕਾਹਦਾ ਮੈਨੂੰ ਐਵੇਂ ਛਿਬੀਆਂ ਦੇਈ ਜਾਂਦਾ? ਨਹੀਂ ਤੇ ਤੂੰ ਕਹਿੰਦੇ ਮੈਂ ਪੱਕਾ ਵਾਂ, ਪੱਕਾ ਵਾਂ, ਘੱਟਾ ਤੂੰ ਪੱਕਾ ਵਾਂ? ਉਹ ਪੱਕੇ ਤੋਂ ਮਰਾਦ ਇਹ, ਹੁਣ ਮੈਨੂੰ ਵਜ਼ੀਰ ਕੌਣ ਵਾ, ਉਹ ਤੋਂ ਥੱਲੇ ਕੌਣ ਆ, ਸਾਨੂੰ ਕੀ ਪਤਾ? ਇਸ ਤੇ ਇੱਥੇ ਆਉਣਾ, ਦਿਹਾੜੀ ਲਾ ਕੇ ਆਪਣੇ ਘਰ ਜਾਈਏ। ਨਹੀਂ ਮਾਲੂਮਾਤ ਰੱਖੀ ਦਾ, ਜਿਸ ਮਹਿਕਮੇ 'ਚ ਕੰਮ ਕਰੀਏ ਪਤਾ ਹੋਣਾ ਚਾਹੀਦਾ ਵੀ ਕੌਣ ਆ ਇੱਥੇ। ਉਹ ਭਾਜੀ ਇੱਥੇ ਸਾਨੂੰ ਬਚਦਾ ਕੀ, ਜਿਹੜਾ ਐਡੀ ਅਸੀਂ ਮਾਲੂਮਾਤ ਰੱਖਣੀ ਲੈ? ਬਚਦਾ ਕੀ ਮਤਲਬ, ਸਮਾਨ ਕੱਢ ਕੇ ਤੈਨੂੰ ਦੇ ਜਾਣ ਵੀ ਉਹ ਬਚਦਾ ਤੈਨੂੰ? 100 ਰੁਪਏ ਮਗਰ 30 ਰੁਪਏ ਜਿਹੜੇ ਉਹ ਠੇਕੇਦਾਰ ਰੱਖ ਲੈਂਦਾ ਬਕਾਇਆ, ਸਾਨੂੰ ਲੱਭਦੇ। ਅੱਜ ਤੋਂ ਬਾਅਦ ਤੈਨੂੰ ਕੋਈ ਪੁੱਛੇ ਨਾ ਕਿ ਰੇਲਵੇ ਦਾ ਇਸ ਟਾਈਮ ਵਜ਼ੀਰ ਕੌਣ ਆ ਤੇ ਖਾਜਾ ਸਾਦ ਰਫੀਕ ਹੀ ਓਏ। ਉਹ ਤਾਂ ਮੈਨੂੰ ਕਾਹਦੀਆਂ ਮੁੱਕੀਆਂ ਮਾਰੀ ਜਾਂਦਾ ਵਾ, ਖਾਜਾ ਮੈਂ ਤੈਨੂੰ ਦੱਸਾਂ ਤੇ ਸਹੀ, ਸਾਦ ਰਫੀਕ ਆ ਤੇ ਦੱਸਾਂ ਤੇ ਸਹੀ। ਯਾਰ ਮੈਨੂੰ ਹੁਣ ਕਾਹਦਾ ਭਾਰ ਆ, ਤੇਰਾ ਹੀ ਆ ਉਹਦਾ? ਮੇਰਾ ਦੋਸਤ ਆ ਉਹ? ਨਹੀਂ ਨਹੀਂ, ਦੋਸਤ ਆ ਤੇ ਫਿਰ ਸਾਡੇ ਮੱਲੇ ਰਹਿੰਦਾ ਯਾਰ। ਤੁਸੀਂ, ਤੈਨੂੰ ਘਰ ਕੋਈ ਕੰਮ ਨਹੀਂ ਵੀ ਤੈਨੂੰ ਟਾਈਮ ਨਾ ਪਹੁੰਚਾਵਾਂ ਮੈਂ? ਆ ਬੈਜ ਵੀ ਹਲਾਤਾ ਮੇਰਾ। ਐ ਲੈ ਪੱਕੇ ਆ, ਜਦੋਂ ਪੱਕੇ ਆ ਆ ਚੁੱਕੋ ਭਾਈ ਸਮਾਨ ਤੇ ਚੁੱਕੋ, ਥੱਲੇ ਰੱਖ ਦਿੱਤਾ ਤੁਸੀਂ ਸ਼ਗਨਾ ਦਾ ਸਮਾਨ ਆ ਵਿੱਚ, ਤੁਸੀਂ ਥੱਲੇ ਰੱਖਤਾ। ਥੱਕ ਗਏ ਹੁਣ? ਨਹੀਂ ਨਹੀਂ, ਥੱਕਣਾ ਕਿਉਂ ਭਾਈ, ਸਾਡਾ ਕੰਮ ਹੀ ਹੈ। ਚੰਗਾ ਕੰਮ ਆ ਵੀ ਤੇਰਾ, ਤੂੰ ਵੈਸੇ ਹੀ ਕਹਿੰਦਾ ਪੱਕਿਆਂ 'ਚ ਰੰਗ ਹੀ ਆ ਤੇਰਾ ਪੱਕਾ ਬਸ। ਨਹੀਂ ਭਾਜੀ, ਆ ਪੱਕਿਆਂ ਦਾ ਬੈਜ ਹੁੰਦਾ ਵਾ, ਅਸੀਂ ਕਿਹੜਾ ਕੁਆਰਦੇ ਹਾਂ। ਹੁਣ 350 'ਚ ਮਸਲਨ ਮੁੱਲ ਲੈ ਲਿਆ ਮੈਨੂੰ ਤੁਸੀਂ, ਮੈਂ ਹੋਰ ਕੋਈ ਕੰਮ ਨਹੀਂ ਕਰਨਾ। ਅੱਛਾ ਹੁਣ ਮੇਰਾ ਭਰਾ ਨਾ, ਚੁੱਪ ਕਰਕੇ ਰੁਪਈਆ ਤੈਨੂੰ ਮੈਂ 400 ਦੇਵਾਂਗਾ, ਮੈਂ ਟਾਈਮ ਵੀ ਜ਼ਾਇਆ ਕੀਤਾ, ਤੂੰ ਵੀ ਮੇਰਾ ਕੀਤਾ। ਹਾਂ ਹਾਂ, ਤੇ ਰੱਖਿਆ ਮੇਰੇ ਮਹੱਲੇ ਤੇ ਜਾਂਦਾ ਹੀ ਕੋਈ ਨਹੀਂ, ਤੇ ਤੂੰ ਮੈਨੂੰ ਛੱਡ ਕੇ ਆਉਣਾ ਘਰ। ਤੇਰੇ ਮਹੱਲੇ ਕਿਉਂ ਨਹੀਂ ਜਾਂਦਾ, ਪਾਣੀ 'ਚ ਰਹਿੰਦੇ ਤੁਸੀਂ? ਨਹੀਂ ਨਹੀਂ, ਉੱਧਰ ਨਹੀਂ ਜਾਂਦਾ ਹੈਗਾ, ਇਹ ਨਵੀਂ ਆਬਾਦੀ ਹੈ ਨਾ। ਹੈਂ? ਨਵੀਂ ਆਬਾਦੀ ਆ। ਉਹ ਨਵੀਂ ਆਬਾਦੀ ਕਿਤੇ ਸਪੇਸ ਤੇ ਭਾਈ ਤੁਸੀਂ ਵੀ ਰਕਸ਼ਾ ਨਹੀਂ ਜਾਂਦਾ? ਸਰਗੋਦਾ ਰੋਡ ਦਾ ਨਹੀਂ ਬਾਈਪਾਸ ਜਿਹੜਾ? ਹਾਂ ਹਾਂ, ਉਹਦੇ ਨਾਲ ਹੀ ਅੰਦਰ। ਚਲੋ ਭਾਈ, ਉੱਥੇ ਰਕਸ਼ੇ ਵਾਲੇ ਵੀ ਆਪਣੇ ਹੈਗੇ ਆ ਤਿਲਕ ਵਾਲੇ, ਉਹ ਰਕਸ਼ਾ ਉੱਧਰ ਜਾਂਦਾ ਹੀ ਨਹੀਂ, ਤੁਸੀਂ ਆਓ ਚੱਲੀਏ ਫਿਰ। ਉਹ ਰਕਸ਼ਾ ਨਹੀਂ ਜਾਂਦਾ ਤੇ ਮੈਂ ਜਾਣਾ ਹੁਣ ਤੇਰੇ ਨਾਲ ਉੱਥੇ ਸਮਾਨ ਸਮੇਤ? ਤੇ ਆਓ, ਜਿਹੜੇ ਮੈਂ ਰਕਸ਼ੇ ਵਾਲੇ ਨੂੰ ਦੇਣਾ ਤੈਨੂੰ ਦੇ ਦੇਵਾਂਗਾ। ਬਹੁਤ ਅੱਛੀ, ਯਾਨੀ ਕਿ ਮੈਂ ਤੁਰ ਕੇ ਜਾਵਾਂ ਤੇਰੇ ਨਾਲ ਚੁੱਕ ਕੇ ਸਮਾਨ ਉੱਥੇ, ਤੀਸਰੇ ਦਿਨ ਉਧਰੋਂ ਵਾਪਸ ਆਵਾਂ ਆਇਆ ਨੂੰ? ਨਹੀਂ ਚਲੋ, ਮੈਂ ਤੈਨੂੰ ਰਕਸ਼ਾ ਕਰਾ ਦੇਣਾ, ਮੈਂ ਤੁਰ ਕੇ ਆ ਜਾਂਦਾ। ਆਪੇ ਕਹਿੰਦਾ ਰਕਸ਼ਾ ਨਹੀਂ ਜਾਂਦਾ? ਮੈਂ ਇਹੀ ਤਾਂ ਕਹਿ ਰਿਹਾ ਵੀ ਨਹੀਂ ਜਾਂਦਾ। ਚੱਲ ਹੁਣ ਤੇਰੀ ਦਿਹਾੜੀ ਲੱਗ ਜਾਏਗੀ, ਬੱਚਿਆਂ ਦਾ ਕੰਮ ਆ ਜਾ। ਚਲੋ ਆ, ਮੈਂ ਤਾਂ ਇੱਕ ਵਾਰੀ ਕੁੱਲੀ ਨੂੰ ਲਾਹੌਰੋਂ ਪੈਦਲ ਲੈ ਆਇਆ ਸਮਾਨ ਚੁਕਾ ਕੇ ਫੈਸਲਾਬਾਦ। ਆ ਰੱਖ ਲਓ ਫਿਰ ਇੱਥੇ ਨਾ, ਮੇਰੇ ਨਿੱਕੇ ਨਿੱਕੇ ਬੱਚੇ ਆ, ਤੇਰਾ ਭਾਈ ਕੋਈ ਪਤਾ ਨਹੀਂ ਗਾ। ਨਿੱਕੇ ਨਿੱਕੇ ਬੱਚੇ ਆ ਨਾ, ਤੇ ਉਹਨਾਂ ਨੂੰ ਕਮਾਈ ਕਰੇਗਾ ਤੇ ਵੱਡੇ ਹੋਣਗੇ, ਰੱਖ ਇੱਥੇ ਬੱਚੇ। ਯਾਰ ਇੱਕ ਮਿੰਟ ਖਲੋ ਜਾ ਭਾ, ਮੈਨੂੰ ਸਾਫਾ ਸਹੀ ਕਰ ਲਾ ਜ਼ਰਾ। ਯਾਰ ਤੂੰ ਤੇ ਐਂ ਜਿਵੇਂ ਮੈਂ ਤੇਰਾ ਅੱਬਾ ਵਾਂ, ਤੂੰ ਮੈਨੂੰ ਹੀ ਕਹੀ ਜਾਂਦਾ।
हेलो भाजी ओ यार इन्नी जोर दी क्यों रखदा तू ओ वे चिट्टा वा ओ टाइयां आ पता नहीं केड़ी शायद आ विच वजी आ यार मेरे सिर ते ओए पागल आ तू मोटी पेन वाला चार्जर ओ बजाना चलाओ भाजी आ भाई तुसी पिछों किथों दे हो आ इथों दे इथे नाल ही घर आ रेलवे क्वार्टर आ इथे पिछे ही घर आ सा नहीं सिरो तो पाकिस्तान या माइग्रेट होके आए उथों नहीं नहीं माइग्रेट की हुंदा ਪਾਰਟੀਸ਼ਨ ਨਹੀਂ ਹੋਈ ਜਦੋਂ ਹਾਂ ਨਹੀਂ ਉਹ ਵੱਡੇ ਆਇਆ ਅਸੀਂ ਸਾਡੀ ਤੇ ਜੰਪਾਲ ਇੱਥੇ ਦੀ ਆ ਭਾਈ ਫੈਸਲਾਬਾਦ ਮੈਂ ਵੱਡਿਆਂ ਦਾ ਪੁੱਛ ਰਿਹਾ ਵਾਂ ਜ਼ਾਹਰ ਵੱਡਿਆਂ ਦਾ ਹੀ ਕਰ ਕਹੀਦਾ ਆ ਵੱਡੇ ਆਏ ਆ ਉਧਰੋਂ ਇੱਧਰ ਕਿੱਥੋਂ ਕਿਹੜੀ ਜਗ੍ਹਾ ਤੋਂ ਅੰਮ੍ਰਿਤਸਰ ਦਾ ਅੰਮ੍ਰਿਤਸਰ ਕਿਹੜਾ ਪਿੰਡ ਹੈ ਮਾਣੋਚਾਲ ਮਾਣੋਚਾਲ ਹਾਂਜੀ ਤੁਸੀਂ ਕਿੱਥੇ ਦੇ ਅਸੀਂ ਵੀ ਅੰਮ੍ਰਿਤਸਰ ਦੇ ਹੀ ਆ ਤੁਹਾਡਾ ਪਿੰਡ ਕਿਹੜਾ ਸੁਲਤਾਨ ਪਿੰਡ ਤੇ ਕੋਈ ਸ਼ਰਮ ਕਰ ਉਦੋਂ ਦਾ ਸਤਾਉਣ ਡਿਆ ਵਾਂ ਤੇ ਤੂੰ ਸ਼ਰਮ ਕਰ ਮੇਰੇ ਕੋ 350 ਮੰਗਣੇ ਪਿੰਡ ਦਾ ਹੋ ਕੇ ਉਹ 350 ਅਸੀਂ ਮਜ਼ਦੂਰੀ ਕਰਨ ਡਏ ਆ ਅਸੀਂ ਲਈਏ ਨਾ ਤੂੰ ਤਾਂ ਮੇਰਾ ਗਰਾਈ ਨਿਕਲਿਆ ਪਿੰਡ ਦਾ ਗਰਾਈ ਨਿਕਲਿਆ ਤੇ ਅੱਲਾ ਵਾਸਤੇ ਸਮਾਨ ਚੁੱਕਦਾ ਹੁਣ ਤੇਰਾ ਮੈਂ ਚੱਲ ਆ ਹੁਣ ਤੂੰ ਰੋਟੀ ਰਾਟੀ ਵੀ ਤੈਨੂੰ ਖਵਾਉਂਦਾ ਉੱਥੇ ਆ ਤੇਰੇ ਅੱਗੇ ਕਿਉਂ ਡਿੱਗਦਾ ਖੜੀ ਖੜੀ ਚਲੋ ਭਾਈ ਚਲੋ ਅੱਛਾ ਵੀ ਤੇਰਾ ਦਸਾਂ ਬੈਗਾਂ ਨਾਲ ਵੀ ਉਹੀ ਟੋਰ ਆ ਇੱਕ ਬੈਗ ਨਾਲ ਵੀ ਉਹੀ ਟੋਰ ਆ ਓਏ ਹੈਲੋ ਡੰਗਰ ਆ ਮੈਂ ਯਾਰ ਮੈਂ ਕਿਹਾ ਤੈਨੂੰ ਆ ਵੀ ਤੂੰ ਮੁੜਿਆ ਹੌਲੀ ਤੁਰ ਹੌਲੀ ਮੇਰਾ ਪੁੱਤਰ ਤੇਰਾ ਨੰਬਰ ਮੈਂ ਪੜ੍ਹ ਲਿਆ 87 ਹੈਲੋ ਓ ਭਾਈ ਓਏ ਓ ਯਾਰ ਹੌਲੀ ਤੁਰ ਯਾਰ ਵੇਖ ਲਾ ਕੀ ਹੈ ਤੀਸਰਾ ਬੈਗ ਕਿੱਥੇ ਹੈ ਤੀਸਰਾ ਬੈਗ ਭਾਜੀ ਕੀ ਗੱਲ ਕੌਮੇ ਚਾਂ ਤੁਸੀਂ ਤੇਰੀਆਂ ਕਾਲੀਆਂ ਨੇ ਤੀਸਰਾ ਬੈਗ ਗਵਾਤਾ ਮੈਂ ਤੈਨੂੰ ਕਹਿੰਦਾ ਹੌਲੀ ਤੁਰ ਹੌਲੀ ਤੁਰ ਨੂੰ ਜਾਣ ਦੇਣੀ ਆ ਭਾਈ ਕਿਹੜਾ ਤੀਸਰਾ ਬੈਗ ਆ ਦੋ ਬੈਗ ਹੀ ਆ ਜਦੋਂ ਦਾ ਮੈਂ ਤੈਨੂੰ ਉੱਥੋਂ ਚੁੱਕਿਆ ਤੀਸਰਾ ਬੈਗ ਯਾਰ ਐ ਨਾ ਕਰ ਤੇਰੀ ਮਿਹਰਬਾਨੀ ਉਹਦੇ ਜਿੱਤੇ ਮੇਰੇ ਕੰਮ ਦੇ ਡਾਕੂਮੈਂਟ ਸਾਰ ਚੀਜ਼ ਉਹਦੇ ਚ ਸੀਗਾ ਉਹ ਭਾਈ ਦੋ ਬੈਗ ਸਹੀ ਇੱਥੇ ਤੇ ਨਹੀਂ ਕਿਤੇ ਟੰਗਿਆ ਉਹ ਭਾਈ ਦੋ ਬੈਗ ਹੀ ਸੀ ਆ ਤੁਹਾਡੇ ਦੋ ਬੈਗ ਹੀ ਉੱਥੋਂ ਗੱਲ ਹੋਈ ਐ ਉਹ ਤਿੰਨ ਆ ਵੀਰੇ ਤਿੰਨ ਯਾਰ ਤਿੰਨ ਮੈਂ ਤੈਨੂੰ ਝੰਗ ਬਾਜ਼ਾਰ ਲੈ ਜਾ ਨਵਾਂ ਲੈ ਦਾਂ ਤੈਨੂੰ ਮੈਂ ਨਵਾਂ ਹੀ ਲਿਆ ਸੀ ਜੀ ਉਹ ਭਾਈ ਦੋ ਹੀ ਬੈਗ ਆ ਕਿਉਂ ਤੁਸੀਂ ਗਰੀਬ ਆਦਮੀ ਨਾਲ ਧਰੋ ਕਰਨ ਡਏ ਅੱਲਾ ਹੁਣ ਟ੍ਰੇਨ ਵੀ ਚਲੀ ਗਈ ਆ ਤੇ ਮੈਂ ਤੈਨੂੰ ਆਪ ਫੜਾਇਆ ਯਾਰ ਓਏ ਭਾਈ ਦੋ ਬੈਗ ਹੀ ਸੀ ਦੋ ਬੈਗ ਆ ਤੇ ਵੀਰੇ ਇੱਕ ਮੈਂ ਤੇਰੇ ਸਿਰ ਤੇ ਰੱਖਿਆ ਇੱਕ ਇਧਰ ਟੰਗਿਆ ਇੱਕ ਇਧਰ ਤੂੰ ਅੱਗੇ ਅੱਗੇ ਐ ਭੱਜਾ ਜਾਣਾ ਵੀ ਰੇਲਵੇ ਦਾ ਮਸਤ ਹੁੰਦਾ ਹੈ ਭਾਈ ਦੋ ਬੈਗ ਹੀ ਸੀ ਇੱਕ ਤੀਸਰਾ ਤੇ ਹੈ ਹੀ ਨਹੀਂ ਸੀ ਉਹ ਤਿੰਨ ਸੀ ਵੀਰੇ ਤਿੰਨ ਤੁਹਾਡਾ ਨਾ ਗੋਗਾ ਨਾ ਆਹਾ ਇੰਜਰੀ ਕਰੀਦਾ ਹੁੰਦਾ ਉਹ ਭਾਈ ਦੋ ਜਦੋਂ ਤੁਸੀਂ ਉਤਰੇ ਹੋ ਦੋ ਬੈਗ ਸੀ ਮੈਂ ਆਪ ਤੁਹਾਡੇ ਨਾਲ ਪੈਸੇ ਮਕਾਏ ਦੋ ਬੈਗਾਂ ਕਿੰਨੇ ਪੈਸੇ ਮਕਾਏ ਤੂੰ 350 ਤੇ ਦੋ ਬੈਗਾਂ ਦਾ 350 ਬੰਦਾ ਤਿੰਨ ਬੈਗ ਸੀ ਤੂੰ ਕਹ 350 ਲਾਗਾ ਭਾਈ ਤਿੰਨ ਨਹੀਂ ਸੀ ਦੋ ਹੀ ਆ ਮੈਂ ਹੁਣ ਘਰੋਂ ਲੈਵਾਂ ਇੱਕ ਤੇਰੇ ਲਈ ਤੇ ਤੀਸਰਾ ਬੈਗ ਹੁਣ ਉੱਥੇ ਬੰਦਾ ਵੀ ਕੋਈ ਨਹੀਂ ਖਲੋਤਾ ਸਾਰੇ ਅਗਲੇ ਨਿਕਲਣ ਨੂੰ ਕੋਲ ਗਏ ਰੇਲਵੇ ਤੇ ਸਵਾਰੀ ਆਉਣ ਨੂੰ ਚਲੀ ਗਈ ਭਾਈ ਅਸੀਂ ਨਹੀਂ ਇੰਜ ਤੇ ਕੰਮ ਕਰਦੇ ਅਸੀਂ ਇੱਥੇ ਹੈ ਨਹੀਂ ਆਪਣਾ ਕੋਈ ਦਫ਼ਤਰ ਦੇ ਵਿੱਚ ਬੰਦਾ ਫਿਰ ਮੈਂ ਉਹਨਾਂ ਨੂੰ ਸ਼ਿਕਾਇਤ ਕਰਾਂ ਜਾ ਕੇ ਸ਼ਿਕਾਇਤ ਤੇ ਤਾਂ ਕਰੋ ਨਾ ਜੇ ਮੈਂ ਕੋਈ ਗਲਤ ਕੰਮ ਦੋ ਬੈਗ ਤੁਸੀਂ ਮੈਨੂੰ ਦਿੱਤੇ ਆ ਤੇ ਮੈਨੂੰ ਕੀ ਲੋੜ ਤੇਰੇ ਤੇ ਇਲਜ਼ਾਮ ਲਾਉਣ ਦੀ ਤੇਰੀ ਮੇਰੀ ਕੀ ਦੁਸ਼ਮਣੀ ਹੈ ਤੂੰ ਮਜ਼ਦੂਰ ਆਦਮੀ ਹੈ ਮੈਂ ਤੇ ਤੈਨੂੰ ਤਿੰਨ ਬੈਗ ਦਿੱਤੇ ਆ ਉਦਾਂ ਤੈਨੂੰ ਚਾਹੀਦਾ ਇੱਕ ਤੂੰ ਰੱਖ ਲੈ ਉਹ ਯਾਰ ਉਦਾਂ ਮੈਂ ਟੂਰ ਤੇ ਜਾਣਾ ਵਾ ਤੀਸਰਾ ਬੈਗ ਮੈਨੂੰ ਚਾਹੀਦਾ ਨਹੀਂ ਨਹੀਂ ਤਿੰਨ ਸੀ ਵੀਰੇ ਤਿੰਨ ਉਹ ਦੋ ਬੈਗ ਸੀ ਭਾਈ ਹੋਸ਼ ਕਰ ਥੋੜਾ ਜਿਹਾ ਨਾ ਦਿਮਾਗ ਤੇ ਜ਼ੋਰ ਪਾ ਤੇ ਜਦੋਂ ਮੈਂ ਤੈਨੂੰ ਕਹਿੰਦੇ ਆ ਹੌਲੀ ਟੁਰ ਹੌਲੀ ਟੁਰ ਉਹ ਹੌਲੀ ਟੁਰ ਰੇੜ ਪਾ ਹੁਣ ਮੈਂ ਬੈਗ ਲੈ ਕੇ ਲੰਮੇ ਪੈ ਜਾ ਉਦੋਂ ਤੂੰ ਬੈਗ ਇੰਜ ਪਾਇਆ ਜਿਵੇਂ ਕੇਟੂ ਸਰ ਕਰਨਾ ਇੰਜ ਜਾ ਰਿਹਾ ਤੂੰ ਤਾਂ ਭਾਈ ਸਾਡਾ ਸਟਾਈਲ ਆ ਅਸੀਂ ਫਿਰ ਅਗਲੀ ਵੀ ਗੱਡੀ ਨੂੰ ਸਟਾਈਲ ਆ ਤੇ ਫਿਰ ਹੁਣ ਤਿੰਨ ਬੈਗ ਪੂਰੇ ਕਰਨਾ ਉਹ ਭਾਈ ਤਿੰਨ ਨਹੀਂ ਖੁਦਾ ਦਾ ਵਾਸਤਾ ਦੋ ਖੁਦਾ ਦਾ ਵਾਸਤਾ ਉਹ ਤੇ ਹੈ ਹੀ ਕਿਸੇ ਦਾ ਸੀ ਮੇਰਾ ਆਪਣਾ ਹੀ ਨਹੀਂ ਸੀ ਭਾਈ ਦੋ ਬੈਗਾਂ ਦੀ ਗੱਲ ਹੋਈ ਆ ਦੋ ਬੈਗ ਮੈਂ ਹੋਸ਼ ਹਵਾਸ ਨਾ ਮਕਾਈ ਆ ਤੁਸੀਂ ਉਦੋਂ ਹਸਪਤਾਲ ਦਾਖਲ ਸੀ ਜਦੋਂ ਕਿ ਸਮਾਨ ਚਕਾਇਆ ਮੈਂ ਹਸਪਤਾਲ ਦਾਖਲ ਸੀ ਤੂੰ ਐਡੀ ਤੇਜ਼ ਭੱਜੀ ਜਾ ਰਿਹਾ ਸੀਗਾ ਉਹ ਭੱਜੀ ਜਾ ਰਿਹਾ ਸੀ ਹੁਣ ਜਾ ਕੇ ਅਗਲੇ ਪਾਸੇ ਸਮਾਨ ਨਹੀਂ ਲਾਉਣਾ ਤੇ ਪੈਸੇਂਜਰ ਦੇ ਨਾਲ ਟੁਰੀਦਾ ਵਾ ਯਾਰ ਅਗਲੇ ਦਾ ਸਮਾਨ ਆ ਤੂੰ ਅੱਗੇ ਅੱਗੇ ਜਾ ਰਿਹਾ ਯਾਰ ਪੈਸੇਂਜਰ ਦੇ ਨਾਲ ਭਾਜੀ ਨਹੀਂ ਟੁਰਿਆ ਜਾਂਦਾ ਸਾਡੀ ਇੱਕ ਚਾਲ ਆ ਸੀ ਤੇਜ਼ ਹੀ ਜਾਣਾ ਹੁੰਦਾ ਤੂੰ ਤੇ ਇੰਜ ਤੇਜ਼ ਤੁਰ ਰਿਹਾ ਵੀ ਮਾਮੇ ਦੇ ਵਿਆਹ ਦੀ ਰੋਟੀ ਖੁੱਲ ਗਈ ਆ ਮੈਂ ਨਾ ਲੇਟ ਹੋ ਜਾਵਾਂ ਦੋ ਸ਼ਿਕਾਇਤ ਸੈੱਲ ਬਣਿਆ ਮੈਂ ਫਿਰ ਉਹਨਾਂ ਨੂੰ ਜਾ ਕੇ ਸ਼ਿਕਾਇਤ ਭਾਜੀ ਸ਼ਿਕਾਇਤ ਕਰਨ ਦੀ ਲੋੜ ਹੀ ਨਹੀਂ ਜਦੋਂ ਹੈ ਹੀ ਦੋ ਬੈਗ ਆ ਤੁਹਾਡੇ ਤੈਨੂੰ ਵੈਸੇ ਹੀ ਇਹ ਸ਼ਿਕਾਇਤ ਆ ਇੱਕ ਅੱਧਾ ਤੂੰ ਇੱਧਰ ਉੱਧਰ ਕਰ ਲੈਣਾ ਆ ਉਹਨਾਂ ਦੇ ਜਾਣੇ ਦਾ ਫੇਰ ਉਹੀ ਗੱਲ ਇਹ ਹੋਰ ਥੋੜਾ ਤੇਜ਼ ਤੁਰਿਆ ਤੇ ਇੱਕ ਰਹਿ ਜਾਣਾ ਬੈਗ ਮੇਰਾ ਭਾਜੀ ਦੋ ਬੈਗ ਹੀ ਸੀ ਆਜੋ ਜਿੱਥੇ ਮਰਜ਼ੀ ਲੈ ਚਲੋ ਮੈਨੂੰ ਅਸੀਂ ਇਦਾਂ ਦਾ ਕੰਮ ਹੀ ਨਹੀਂ ਕਰਦੇ ਚਲੋ ਆਓ ਆਜੋ ਭਾਜੀ ਨਜਾਇਜ਼ ਹੀ ਆ ਵੈਸੇ ਗੱਲ ਕੋਈ ਨਹੀਂ ਗੀ ਅਸੀਂ ਨਜਾਇਜ਼ ਨਹੀਂ ਭਾਜੀ ਮੈਨੂੰ ਕੀ ਲੋੜ ਹੈ ਤੇਰੀ ਮੇਰੀ ਕਾਹਦੀ ਦੁਸ਼ਮਣੀ ਸਾਡੇ ਇੱਥੋਂ ਦਾ ਮੈਂ ਸਾਡੇ ਸਾਹਿਬ ਆ ਜੀ ਗੁਲਾਮ ਬਾਸ ਸਾਹਿਬ ਆ ਲਿਖਿਆ ਭਾਜੀ ਦਾ ਗੁਲਾਮ ਬਾਸ ਭਾਜੀ ਤੁਸੀਂ ਇੰਚਾਰਜ ਹੋ ਨਾ ਇੱਥੇ ਦੇ ਇਹਨੂੰ ਮੈਂ ਭਾਜੀ ਤਿੰਨ ਬੈਗ ਦਿੱਤੇ ਨੇ ਇਹਨੂੰ ਮੈਂ ਕਹਿੰਦਾ ਵਾ ਹੌਲੀ ਤੁਰ ਲੇਕਿਨ ਇਹ ਮੇਰੇ ਤੋਂ ਅੱਗੇ ਭੱਜਿਆ ਜਾ ਰਿਹਾ ਪਤਾ ਨਹੀਂ ਐਥਲੀਟ ਭਰਤੀ ਕੀਤਾ ਤੁਸੀਂ ਹਾਂਜੀ ਸਰ ਗੱਲ ਇਹ ਆ ਵੀ ਤੁਹਾਡੇ ਕੋਲ ਕਿੰਨੀ ਦੇਰ ਹੋ ਗਈ ਆ ਨੌਕਰੀ ਕਰਦਿਆਂ ਨੂੰ ਕਦੀ ਇੰਜ ਹੋਇਆ ਵਾ ਵੀ ਅਸੀਂ ਕਿਸੇ ਨਾਲ ਕੋਈ ਨਜਾਇਜ਼ ਸਮਾਨ ਰੱਖਿਆ ਹੋਵੇ
सोने की चैन सी आईफोन मैं लाहौरों दिता भी साढ़े घर फड़ा दे चलो तू बैग रख ला बाकी समान दे दे यार मैं बैग कितने रख लव जो मेरे को मैं रखा बैग तो मेरे को दो आडे सामने पे तो मैं तेन तीन फड़ाए तुम कितने तीन फड़ा के पाए उठे प्लेटफॉर्म सर जो उतरे है ना साहब इन्होंने दो बैग पसीना आया तेन साहब आ फिर भी कुछ थोड़ा जहा तो ख्याल करी दा भाजी हो उतरे आ दो बैग से इन्हों को ते एक वड्डा ट्रंक सी मैं कहा जी मैं ट्रंक कल्ला नहीं चुक सकदा कहंदे जी किसे होर को चुका लांगे आ दो बैग ओ फिर तू ट्रंक दे उत्ते ही याद रखा या फिर भाई तुसी मेनू फड़ाया नहीं जरा देन ते जोर दो यार मैं थोड़ा फड़ाउणा तुसी आप समान फड़ना हुंदा भाई आ सारा आ सारा अमला वा आ देखो आ जिन्ना वा मुंडे आ भाजी दी भी गल सुन लो ओके सर 5 ਤੋਂ 7 ਮਿੰਟ ਲੱਗਦੇ ਹੈਗੇ ਆ ਤੇ ਅਸੀਂ ਨਹੀਂ ਸਮਝਨੇ ਹੈਗੇ ਕਿ ਤੁਹਾਡੇ ਬੈਗ ਵਿੱਚ ਉਹ ਬੰਦਾ ਖੋਲ ਕੇ ਜ਼ਿਪ ਕੋਈ ਚੀਜ਼ ਜਿਹੜੀ ਆ ਉਹ ਕੱਢ ਸਕਦਾ ਹੈਗਾ ਆ ਬਾਅਦ ਵਿੱਚ ਤੁਸੀਂ ਦੁਬਾਰਾ ਫਿਰ ਕੰਪਲੇਨ ਸੈਂਟਰ ਨਾਲ ਕੰਟੈਕਟ ਕਰ ਸਕਦੇ ਹੈਗੇ ਤੁਹਾਡਾ ਗੁੰਮ ਹੋਇਆ ਜਿਹੜਾ ਸਮਾਨ ਮਿਲ ਜਾਏ ਜਿਸ ਤਰ੍ਹਾਂ ਅਗਰ ਨਹੀਂ ਮਿਲਦਾ ਤੇ ਉਹਦਾ ਕੋਈ ਅਗਰ ਮਿਲਦਾ ਹੀ ਨਹੀਂ ਅੱਲਾ ਦੇ ਹਵਾਲੇ ਹੈ ਜੀ ਅੱਲਾ ਦੇ ਤੇ ਮੈਂ ਅੱਲਾ ਦੇ ਹਵਾਲੇ ਜੀ ਹਾਂਜੀ ਹਾਂਜੀ ਅੱਲਾ ਦੇ ਹਵਾਲੇ ਮੈਂ ਨਹੀਂ ਅੱਲਾ ਦੇ ਹਵਾਲੇ ਤੇ ਮੈਂ ਗੁਲਾਮ ਬਾਦ ਸਾਹਿਬ ਦਾ ਨੰਬਰ ਲੈ ਲੈਣਾ ਵਾ ਜੀ ਜੀ ਬੈਗ ਮੇਰਾ ਹੈਗਾ ਜੀ ਬਲੈਕ ਹੀ ਉਹ ਵੀ ਇਸ ਕਲਰ ਦਾ ਹੈਲੋ ਇਹ ਹੋ ਗਿਆ ਇੱਕ ਹੀ ਗੱਲ ਆ ਭਾਜੀ ਜਿਹੜਾ ਬੰਦਾ ਰਿਜ਼ਕੇ ਹਲਾਲ ਕਮਾਉਂਦਾ ਨਾ ਉਹ ਅੱਲਾ ਦੇ ਬਹੁਤ ਨਜ਼ਦੀਕ ਆ ਜਿਹੜੇ ਕਰੋੜਾਂ ਪਤੀ ਬੇਈਮਾਨੀ ਕਰਦੇ ਨਾ ਤੇ ਇਹ ਅੱਲਾ ਦੇ ਕਾਗਜ਼ਾਂ 'ਚ ਉਹ ਹੈ ਨਹੀਂ ਗੇ ਤੇਰਾ ਪਸੀਨਾ ਦੱਸ ਰਿਹਾ ਤੂੰ ਰਿਜ਼ਕੇ ਹਲਾਲ ਕਮਾਉਂਦਾ ਹੈ ਤੇ ਜਾਂ ਤੂੰ ਥੱਲੋ ਜਰਸੀ ਪਾਈ ਕੋਈ ਸਵੈਟਰ ਹੈਲੋ ਜਰਸੀ ਨਹੀਂ ਬਾਹਰ ਗਰਮੀ ਬੜੀ ਆ ਤੁਹਾਨੂੰ ਨਾ ਗਲਤ ਫਹਿਮੀ ਹੋਈ ਆ ਅੱਜ ਜਿੰਨਾ ਮੈਂ ਸਾਡੇ ਨਾਲ ਅਮਲਾ ਵਾ ਵੇਖ ਲਵੋ ਹਾਂ ਇਹਨਾਂ ਨੂੰ ਕਿਸੇ ਨੂੰ ਪਾ ਤੂੰ 10,000 ਇਹ ਸਾਰਾ ਅਮਲਾ ਹੀ ਆ ਭਾਜੀ ਹਾਂਜੀ ਇਹ ਅਮਲਾ ਹੀ ਆ ਔਰ ਮਸਲਾ ਇਹਨੇ ਤੇ ਰੇਲਵੇ ਦੇ ਡੱਬੇ ਨਹੀਂ ਹੈਗੇ ਜਿੰਨਾ ਅਮਲਾ ਭਾਈ ਅਮਲਾ ਹੀ ਆ ਹੋਰ ਅਸੀਂ ਚੋਰ ਫੜੇ ਆ ਸਾਰੇ ਬਹਰਹਾਲ ਭਾਈ ਜੀ ਗੁਲਾਮ ਬਾਦ ਸਾਹਿਬ ਨਹੀਂ ਸਰ ਅਗਰ ਉਹ ਮਿਲ ਜਾਂਦਾ ਹੈ ਤੇ ਰੈਲਨ ਗੋਲਡਾ ਨਹੀਂ ਤੇ ਫਿਰ ਅੱਲਾ ਹੀ ਹਾਫਜ਼ ਹੈ ਅੱਲਾ ਹੀ ਰੱਖਾ ਮੇਰਾ ਨਹੀਂ ਭਾਜੀ ਇਦਾਂ ਦਾ ਕੰਮ ਹੀ ਨਹੀਂ ਕਰਦੇ ਇੱਕ ਮਿੰਟ ਫੋਨ ਆ ਗਿਆ ਹਾਂਜੀ ਪਹੁੰਚ ਗਿਆ ਮੈਂ ਉਹ ਸਟੇਸ਼ਨ ਤੇ ਹੀ ਆ ਅਜੇ ਰੱਫੜ ਪਿਆ ਵਾ ਬੈਗ ਤੀਸਰਾ ਨਹੀਂ ਲੱਭਣ ਦਿਆ ਹੈ ਅੱਛਾ ਵੀਰੇ ਮੈਂ ਮਾਫੀ ਚਾਹੁੰਦਾ ਵਾ ਉਹ ਮੇਰਾ ਬੈਗ ਨਾ ਮੈਂ ਘਰ ਹੀ ਭੁੱਲ ਆਇਆ ਕਾਲੀ ਤੇ ਉਦੋਂ ਦਾ ਬਕਵਾਸ ਕਰਦਾ ਵੀ ਲੱਗਾ ਵਾ ਉਦੋਂ ਦਾ ਹੈ ਤੂੰ ਸਾਡੇ ਮਾਮਲੇ ਤੇ ਮੈਨੂੰ ਬਿਸਤ ਕਰਾਤਾ ਵਾ ਸਾਰੇ ਸਾਹਾਂ ਦੇ ਸਾਹਮਣੇ ਹੈ ਗਲਤੀ ਹੋ ਹੀ ਜਾਂਦੀ ਬੰਦੇ ਕੋਲੋਂ ਗਲਤੀ ਹੋ ਜਾਂਦੀ ਤੇ ਤੂੰ ਪਹਿਲਾਂ ਘਰੋਂ ਆਪਣਾ ਕਨਫਰਮ ਤੇ ਕਰ ਚੱਲ ਗੋਗੇ ਸਿਰਫ ਗੁਲਾਮ ਸਾਹਿਬ ਗੁਲਾਮ ਆਵਾਜ਼ ਦੇ ਮੂੰਹ ਨੂੰ ਤੁਹਾਨੂੰ ਮੈਂ ਛੱਡ ਰਿਹਾ ਪਹਿਲਾਂ ਘਰੋਂ ਪਤਾ ਕਰੀਦਾ